ਦੋਸਤੋ, ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸੱਤ ਅਜਿਹੇ ਫੈਕਟਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ 99% ਲੋਕ ਨਹੀਂ ਜਾਣਦੇ, ਤਾਂ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ। ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਨੰਬਰ 1, ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਰਜਰੀ 2001 ਵਿੱਚ ਸਿੰਗਾਪੁਰ ਜਨਰਲ ਹਸਪਤਾਲ ਦੇ 20 ਡਾਕਟਰਾਂ ਦੀ ਟੀਮ ਦੁਆਰਾ ਕੀਤੀ ਗਈ ਸੀ। ਇਸ ਨੂੰ ਪੂਰਾ ਕਰਨ ਵਿੱਚ 103 ਘੰਟੇ ਲੱਗੇ ਸਨ, ਜਾਨੀ ਕਿ ਇਹ 4 ਦਿਨਾਂ ਤੱਕ ਚੱਲਿਆ ਆਪਰੇਸ਼ਨ ਸੀ। ਨੰਬਰ 2, ਦੁਨੀਆ ਵਿੱਚ ਅਜਿਹਾ ਦੁਰਲਭ ਖਣਿਜ ਤੱਤ ਹੈ ਜੋ ਧਰਤੀ ਵਿੱਚ ਸਿਰਫ 500 ਤੋਂ 600 ਗ੍ਰਾਮ ਹੀ ਉਪਲਬਧ ਹੈ। ਇਸ ਦਾ ਨਾਂ ਹੈ ਪ੍ਰੋਥੀਅਮ। ਨੰਬਰ 3, ਫਿਲਮ ਨਿਰਮਾਤਾ ਚਾਰਲੀ ਲਾਇਨ ਨੇ ਇੱਕ ਫਿਲਮ ਬਣਾਈ ਸੀ ਜਿਸ ਵਿੱਚ ਬ੍ਰਿਟਿਸ਼ ਬੋਰਡ ਆਫ ਫਿਲਮ ਵਰਗੀਕਰਨ ਦੇ ਸੈਂਸਰਸ਼ਿਪ ਨਿਯਮਾਂ ਦੇ ਖਿਲਾਫ਼ ਆਪਣੀ ਆਵਾਜ਼ ਉਠਾਉਣ ਲਈ ਇੱਕ ਕੰਧ ਉੱਪਰ ਪੇਂਟ ਸੁੱਕਦਾ ਦਿਖਾਇਆ ਗਿਆ ਹੈ। ਇਹ ਫਿਲਮ 307 ਮਿੰਟ ਜਾਣੀ ਕਿ 10 ਘੰਟਿਆਂ ਦੀ ਸੀ ਅਤੇ BBFC ਦੇ ਕਰਮਚਾਰੀ ਨੂੰ ਫਿਲਮ ਪੂਰੀ ਤਰ੍ਹਾਂ ਦੇਖਣੀ ਪਈ, ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਜੂ ਸਰਟੀਫਿਕੇਟ ਦਿੱਤਾ। ਨੰਬਰ 5, ਦੂਜੇ ਵਿਸ਼ਵ ਯੁੱਧ ਦੌਰਾਨ ਨੀਦਰਲੈਂਡ ਨੇ ਸ਼ਾਹੀ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਧੰਨਵਾਦ ਵਜੋਂ ਇਹ ਦੇਸ਼ ਕੈਨੇਡਨ 20,000 ਟਿਊਲਿਪ ਦੇ ਫੁੱਲ ਭੇਜਦਾ ਹੈ। ਨੰਬਰ 7, ਤੁਹਾਨੂੰ ਪਤਾ ਹੀ ਹੋਵੇਗਾ ਕਿ ਧਰਤੀ 'ਤੇ 1 ਦਿਨ 24 ਘੰਟੇ ਦਾ ਹੁੰਦਾ ਹੈ, ਪਰ ਬੀਨਸ ਆਪਣੀ ਧੁਰੀ ਉੱਤੇ ਬਹੁਤ ਹੌਲੀ ਹੌਲੀ ਘੁੰਮਦਾ ਹੈ। ਇਸੇ ਕਾਰਨ ਬੀਨਸ ਉੱਤੇ 1 ਦਿਨ ਧਰਤੀ ਦੇ ਮੁਕਾਬਲੇ 243 ਦਿਨ ਲੰਬਾ ਹੁੰਦਾ ਹੈ, ਭਾਵ ਜਦੋਂ ਤੁਸੀਂ ਧਰਤੀ 'ਤੇ 243 ਦਿਨ ਪੂਰੇ ਕਰ ਲੈਂਦੇ ਹੋ ਤਾਂ ਸ਼ੁੱਕਰ ਗ੍ਰਹਿ ਦਾ 1 ਦਿਨ ਪੂਰਾ ਹੋਵੇਗਾ। ਨੰਬਰ 8, ਦੁਨੀਆ ਦਾ ਮਹਾਨ ਕਮੇਡੀਅਨ ਚਾਰਲੀ ਚੈਪਲਨ ਦੀਆਂ ਮੁੱਛਾਂ ਅਸਲੀ ਨਹੀਂ ਸਨ, ਉਸ ਦੇ ਮੇਕਅਪ ਦਾ ਹਿੱਸਾ ਸੀ। ਖਤਮ। ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।